ਆਨਲਾਈਨ ਸੈਸ਼ਨ ਪਾਰਲੀਮੈਂਟ ਰਿਸਰਚ ਐਂਡ ਟ੍ਰੇਨਿੰਗ ਇੰਸਟੀਚਿਊਟ ਫਾਰ ਡੈਮੋਕ੍ਰੇਸੀ ਵੱਲੋਂ ਕਰਵਾਏ ਗਏ 5 ਦਿਨਾਂ ਆਨਲਾਈਨ ਸੈਸ਼ਨ ਵਿੱਚ ਰਾਜ ਸਭਾ ਤੇ ਲੋਕ ਸਭਾ ਦੇ ਮੈਂਬਰਾਂ ਨਾਲ ਤਜਰਬੇ ਸਾਂਝੇ ਕਰਦੇ ਹਾਂ ਪਦਮ ਸ਼੍ਰੀ ਸੰਤ ਬਲਵੀਰ ਸਿੰਘ ਸੀਚੇਵਾਲ ਨੇ ਉਹਨਾਂ ਨੂੰ ਵਾਤਾਵਰਨ ਦਾ ਪਾਠ ਪੜਾਇਆ ਹੈ। ਆਨਲਾਈਨ ਸੈਸ਼ਨ 18 ਜਨਵਰੀ ਤੋਂ ਸ਼ੁਰੂ ਹੋਇਆ ਸੀ ਜਿਸ ਵਿੱਚ ਦੇਸ਼ ਦੀਆਂ 20 ਅਜਿਹੀਆਂ ਪਦਮ ਸ਼੍ਰੀ ਨਾਲ ਸਨਮਾਨਿਤ ਸ਼ਖਸੀਅਤਾਂ ਨੇ ਸੰਬੋਧਨ ਕੀਤਾ ਜਿਨ੍ਹਾਂ ਨੇ ਆਪੋ ਆਪਣੇ ਖੇਤਰ ਵਿੱਚ ਸਮਾਜ ਸੇਵਾ ਦੇ ਵੱਡੇ ਕਾਰਜ ਕੀਤੇ ਹਨ। ਅੱਜ ਦੇ ਆਖਰੀ ਸੈਸ਼ਨ ਵਿੱਚ ਸੰਤ ਬਲਵੀਰ ਸਿੰਘ ਸੀਚੇਵਾਲ ਨੇ ਜਿੱਥੇ ਕਾਲੀ ਬੇਈ, ਸਤਲੁਜ ਦਰਿਆ ਦੇ ਪ੍ਰਦੂਸ਼ਣ, ਬੀਕਾਨੇਰ ਦੇ ਕੈਂਸਰ ਹਸਪਤਾਲ ਅਤੇ ਹੜ੍ਹਾਂ ਵਿੱਚ ਕੀਤੇ ਕਾਰਜਾਂ ਬਾਰੇ ਵਿਸਤਾਰ ਨਾਲ ਦੱਸਿਆ। ਵਿਸ਼ੇਸ਼ ਤੌਰ 'ਤੇ 25 ਜਿਹੜੇ ਹੈਗੇ ਇਨਵਾਇਰਮੈਂਟ ਦੇ ਕੰਮ ਕਰਨ ਵਾਲਿਆਂ ਦਾ ਭਾਸ਼ਣ ਸੀਗਾ ਜਿਹੜਾ ਆਪਣਾ ਉੱਥੇ ਜਿਹੜਾ ਇਨਵਾਇਰਮੈਂਟ 'ਤੇ ਜਿਹੜਾ ਕੰਮ ਕੀਤਾ ਜਿਹਦੇ ਨਾਲ ਕੁਛ ਸਮਾਜ ਨੂੰ ਫਾਇਦਾ ਹੋਇਆ, ਇਨਵਾਇਰਮੈਂਟ ਦਾ ਫਾਇਦਾ ਹੋਇਆ, ਸਮਾਜ ਦਾ ਫਾਇਦਾ ਹੋਇਆ। ਜਿਸ ਤਰ੍ਹਾਂ ਅਸੀਂ ਜਿਸ ਤਰ੍ਹਾਂ ਗੰਦੇ ਪਾਣੀ ਟ੍ਰੀਟ ਕਰਕੇ ਖੇਤੀ ਨੂੰ ਲਾਉਣੇ, ਜਿਹਦੇ ਨਾਲ ਸਭ ਤੋਂ ਵੱਡੀ ਸਮੱਸਿਆ ਗੰਦੇ ਪਾਣੀ, ਜਿਹਨਾਂ ਪਿੰਡਾਂ ਸ਼ਹਿਰਾਂ 'ਤੇ ਗੰਦਗੀ ਜਿਹੜੀ ਹੈਗੀ ਹੈ ਉਹ ਸਾਰੀ ਡਰੇਨਾਂ ਦਰਿਆਵਾਂ ਦੇ ਵਿੱਚ ਜਲਚਰ ਜੀਵ ਖਤਮ ਕਰਤੇ, ਪਸ਼ੂ ਪੰਛੀ ਮਨੁੱਖ ਹਸਪਤਾਲਾਂ 'ਚ ਰੀਂਘ ਰਿਹਾ। ਇਹ ਬਹੁਤ ਵੱਡੀ ਜਿਹੜੀ ਹੈਗੀ ਹੈ ਗੰਦੇ ਪਾਣੀ ਦੀ ਸਮੱਸਿਆ, ਜਿਹਦਾ ਹੱਲ 1999 ਦੇ ਵਿੱਚ ਜਿਹੜਾ ਹੈ ਪਿੰਡ ਸੀਚੇਵਾਲ ਦੇ ਵਿੱਚ ਸੀਵਰੇਜ ਸਿਸਟਮ ਪਾ ਕੇ ਉਹ ਸੀਚੇਵਾਲ ਮਾਡਲ ਜਿਹੜਾ ਸੀਗਾ ਉਹ ਸਥਾਪਿਤ ਹੋ ਗਿਆ ਸੀ ਅਤੇ ਉਹ ਉਸ ਵੇਲੇ ਤੋਂ ਲੈ ਕੇ ਖੇਤੀ ਨੂੰ ਪਾਣੀ ਲੱਗ ਰਿਹਾ। ਸੁਲਤਾਨਪੁਰ ਦਾ ਪਾਣੀ 13 ਕਿਲੋਮੀਟਰ 'ਚ ਖੇਤੀ ਨੂੰ ਲੱਗ ਰਿਹਾ, ਦਸੂਏ ਦਾ ਪਾਣੀ 5 ਕਿਲੋਮੀਟਰ। ਹੁਣ ਤਾਂ ਕਾਫੀ ਸੋਇਲ ਕੰਜ਼ਰਵੇਸ਼ਨ ਵੱਲੋਂ ਜਿਹੜੀਆਂ ਪ੍ਰਪੋਜ਼ਲਾਂ ਬਣ ਗਈਆਂ, ਕੁਛ ਪਾਣੀ ਜਿਹੜਾ ਹੈਗਾ ਟ੍ਰੀਟਮੈਂਟਾਂ ਦਾ ਟ੍ਰੀਟ ਕੀਤਾ ਹੋਇਆ ਉਹ ਖੇਤੀ ਨੂੰ ਲੱਗਣ ਲੱਗ ਪਿਆ। ਸੋ ਇਹੀ ਜੇਕਰ ਅਸੀਂ ਪਾਲ ਧਰਤੀ 'ਚੋਂ ਜਿਹੜਾ ਪਾਣੀ ਹਰ ਸ਼ਹਿਰ 'ਚੋਂ ਇੱਕ ਪਾਣੀ ਦੀ ਨਹਿਰ ਨਿਕਲਦੀ ਹੈ, ਇੱਕ ਬੰਨੇ ਪਾਣੀ ਸਾਡੇ ਮੁੱਕ ਰਿਹਾ ਸੁੱਕ ਰਿਹਾ, ਦੂਸਰੇ ਬੰਨੇ ਜਿਹੜੇ ਸਾਡੇ ਪਾਣੀ ਅਨਟ੍ਰੀਟਡ ਅਸੀਂ ਪੀਣ ਵਾਲੇ ਪਾਣੀ 'ਚ ਪਾ ਰਹੇ ਹਾਂ, ਜੇ ਉਹਨਾਂ ਨੂੰ ਇੱਕ ਟ੍ਰੀਟਮੈਂਟ ਪਲਾਂਟ ਹੀ ਤਾਂ ਲੱਗਣਾ ਵਿੱਚ ਉਹਦੇ ਉਹ ਲਾ ਕੇ ਟ੍ਰੀਟ ਕਰਕੇ ਖੇਤੀ ਨੂੰ ਲੱਗਣ। ਹਜ਼ਾਰਾਂ ਟਿਊਬਵੈੱਲ ਦੇ ਇੱਕ ਸ਼ਹਿਰ 'ਚੋਂ ਇੱਕ ਨਹਿਰ ਜਿੰਨਾ ਪਾਣੀ ਆ, ਜੇ ਜਲੰਧਰ ਦਾ ਹੈ ਘੱਟੋ ਘੱਟ ਜਿਹੜਾ ਹੈਗਾ ਨਹਿਰ ਦੇ ਜਿੰਨਾ ਪਾਣੀ ਜਿਹੜਾ ਹੈਗਾ ਉਹ ਉਹਦੇ ਵਿੱਚ ਦੀ 200 ਕਿਊਸਕ ਤੋਂ ਵੱਧ ਪਾਣੀ ਜਿਹੜਾ ਹੈਗਾ ਨਿਕਲ ਰਿਹਾ। ਸੋ ਇਹ ਸਾਰਾ ਇਲਾਕੇ ਨੂੰ ਜਿਹੜਾ ਹੈਗਾ ਖੁਸ਼ਹਾਲ ਕਰ ਸਕਦਾ, ਇਹਦੇ ਵਿੱਚ ਸਾਰੀ ਖਾਦ ਆ ਔਰ ਕੁਦਰਤੀ ਖੇਤੀ ਹੋ ਸਕਦੀ ਹੈ, ਇਹਦੇ ਨਾਲ ਜਿਹੜਾ ਹੈ ਖਾਦਾਂ ਦੀ ਬੱਚਤ ਹੋ ਸਕਦੀ ਹੈ। ਜਿਹੜੀ ਸਭ ਤੋਂ ਵੱਡੀ ਜਿਹੜੀ ਹੈਗੀ ਜ਼ਿਮੀਂਦਾਰ ਅੱਜ ਕਿਸਾਨੀ ਜਿਹੜੀ ਹੈਗੀ ਆ ਉਹ ਸੜਕਾਂ ਦੇ ਉੱਤੇ ਆ, ਕਿਸਾਨੀ ਜਿਹੜੀ ਹੈਗੀ ਹੈ ਥੱਲੇ ਨੂੰ ਜਾ ਰਹੀ, ਉਹਦਾ ਕਾਰਨ ਇਹੀ ਹੈ ਸਾਡੇ ਖਰਚੇ ਵੱਧ ਰਹੇ। ਸੋ ਇਹ ਕੁਦਰਤੀ ਜਿਹੜੀ ਹੈਗੀ ਸਾਨੂੰ ਅੱਜ ਤੋਂ 60 ਸਾਲ ਪਹਿਲਾਂ ਜਿਹੜੀ ਸਹੀ ਪੀੜ੍ਹੀ 60 ਸਾਲ ਪਹਿਲਾਂ ਖੇਤੀ ਕਰਦੇ ਸੀ, ਕੁਦਰਤੀ ਖੇਤੀ ਕਰਦੇ ਕਾਹਤੇ ਕਰਦੇ ਸੀ, ਪਿੰਡਾਂ ਦੇ ਸ਼ਹਿਰਾਂ ਦੀ ਜਿਹੜੀ ਮਨੁੱਖਾ ਵੇਸਟ ਸੀ, ਪਸ਼ੂਆਂ ਦੀ ਵੇਸਟ ਸੀ ਜਾਂ ਗੰਦੇ ਪਾਣੀ ਸੀ ਉਹ ਅਸੀਂ ਖੇਤੀ ਨੂੰ ਲਾਉਂਦੇ ਸੀ, ਖੇਤਾਂ ਵਿੱਚ ਜਾਂਦੇ ਸੀ। ਸੋ ਜਦੋਂ ਤੋਂ ਅਸੀਂ ਇਹਨੂੰ ਜਿਹੜਾ ਹੈਗਾ ਸੀਵਰੇਜ ਸਿਸਟਮ ਪਾਏ ਜਾਂ ਇਹਨਾਂ ਵਿੱਚ ਇੰਡਸਟਰੀਅਲ ਵੇਸਟ 'ਚ ਰਲਿਆ, ਇਹ ਪਾਣੀ ਖੇਤੀ ਨੂੰ ਲੱਗਣੋਂ ਹਟ ਗਿਆ। ਸੋ ਇਹ ਸਾਡੇ ਵਾਸਤੇ ਸਮੱਸਿਆ ਬਣ ਗਈ, ਦੁਬਾਰਾ ਇਹਨੂੰ ਟ੍ਰੀਟ ਕਰਕੇ ਖੇਤੀ ਨੂੰ ਲਾ ਦਈਏ, ਇੱਕ ਬਹੁਤ ਵੱਡਾ ਪਾਣੀ ਬਚਦਾ, ਜਿਹੜੀ ਹੈਗੀ ਜ਼ਿਮੀਂਦਾਰ ਦੀ ਜਿਹੜੀ ਹੈਗੀ ਹੈ ਧਰਤੀ ਉਪਜਾਊ ਸ਼ਕਤੀ ਵੱਧਦੀ ਹੈ, ਪਾਣੀ ਆ ਜਿਹੜੇ ਹੈਗੇ ਉਹ ਨਿਰਮਲ ਹੁੰਦੇ ਆ, ਉਹਨਾਂ ਵਿੱਚ ਗੰਦਗੀ ਜਾਣੋ ਰੁਕਦੀ ਹੈ। ਸੋ ਇਹਦੇ ਸਾਰੇ ਜਿਹੜੇ ਬਦਲ ਜਿਹਨਾਂ ਬਦਲਾਂ ਕਰਕੇ ਇਸ ਦੋਨੇ ਇਲਾਕੇ ਦੇ ਵਿੱਚ ਜਿਹੜਾ ਟਿੱਬਿਆਂ ਵਿੱਚ ਘਿਰਿਆ ਹੋਇਆ ਸੀ ਜਿੱਥੇ ਮੂੰਗਫਲੀ ਵੀ ਹੁਣ ਹਟ ਗਈ ਸੀ, ਹੁਣ ਸਭ ਤੋਂ ਮਹਿੰਗੀ ਜਿਹੜੇ ਹੈਗੇ ਇੱਥੇ ਖੇਤ ਠੇਕੇ 'ਤੇ ਚੜ੍ਹਦੇ ਆ, ਜਿਸ ਤਰ੍ਹਾਂ 5000 ਵਾਲਾ ਜਿਹੜਾ 500 ਵਾਲਾ ਹੁਣ 55000 ਚੱਕਰ ਉਹ ਖੇਤੀ ਹੋਣ ਲੱਗ ਪਈ ਕਿਉਂਕਿ ਉਹਨਾਂ ਨੂੰ ਸਾਧਨ ਬਣ ਗਏ, ਰਸਤੇ ਬਣ ਗਏ। ਸੋ ਬਹੁਤ ਵੱਡਾ ਜਿਹੜਾ ਹੈਗਾ ਇਨਵਾਇਰਮੈਂਟ ਵਿੱਚ ਵੀ ਫਾਇਦਾ ਹੋਇਆ, ਐਜੂਕੇਸ਼ਨ ਦੇ ਨਾਲ ਬਹੁਤ ਵੱਡਾ ਸੁਧਾਰ ਜਿਹੜਾ ਹੈ ਇਲਾਕੇ ਦੇ ਵਿੱਚ ਜਿਹੜਾ ਹੈਗਾ ਉਹ ਐਜੂਕੇਸ਼ਨ ਦਾ ਫੈਲਾਅ ਹੋ ਗਿਆ, ਖੇਡਾਂ ਵਿੱਚ ਬੱਚੇ ਜਿਹੜੇ ਹੈਗੇ ਆ ਉਹ ਜਿਹੜੇ ਆ ਅੱਗੇ ਵਧੇ ਆ, ਨੈਸ਼ਨਲ ਇੰਟਰਨੈਸ਼ਨਲ ਲੈਵਲ ਦੇ ਉੱਤੇ ਉਹਨਾਂ ਨੇ ਇਨਾਮ ਨੇ ਪ੍ਰਾਪਤ ਕੀਤੇ ਆ। ਸੋ ਸੀਚੇਵਾਲ ਮਾਡਲ ਨੂੰ ਪੰਜਾਬ ਹੀ ਨਹੀਂ, ਹਰਿਆਣਾ, ਯੂਪੀ, ਬਿਹਾਰ ਜਾਂ ਹੋਰ ਵੱਖ ਵੱਖ ਨਰਮਦਾ ਉੱਤੇ ਵੱਖ ਵੱਖ ਗੰਗਾ ਦੇ ਉੱਤੇ ਇਸ ਮਾਡਲ ਨੂੰ ਸਥਾਪਿਤ ਜਿਹੜਾ ਹੈਗਾ ਉਹ ਕੀਤਾ, ਸਰਕਾਰ ਜਿਹੜੀ ਹੈਗੀ ਕਰ ਰਹੀ ਹੈ। ਸੋ ਇੱਕ ਬਹੁਤ ਵੱਡੀ ਜਿਹੜੀ ਚੇਤਨਤਾ ਇਸ ਇਲਾਕੇ ਦੇ ਵਿੱਚ ਹੋਈ, ਇਸ ਧਰਤੀ ਤੋਂ ਹੋਈ, ਜਿਹਦੇ ਨਾਲ ਆਮ ਲੋਕ ਜਿਹਦੇ ਤੋਂ ਪ੍ਰੇਰਿਤ ਹੋ ਕੇ ਜਿਹੜੇ ਹੈ ਆਪਣੇ ਪਿੰਡਾਂ ਵਿੱਚ ਸੀਵਰੇਜ ਸਿਸਟਮ ਪਾ ਕੇ ਆਪਣੇ ਆਪਣੇ
इलाकों जोड़ा है बहुत वधिया साफ सुथरा बना रहे हैं मैंबर उन्होंने ये मुद्दे जोड़े है उठाने चाहिए है लोग सभा के लोगों के नाल खड़ना चाहिए ता कि जड़िया समस्या है इन्हों का हल है पर साडा ध्यान नहीं गया जी तो वास्ते असी काफ़ी गल्लां जिहड़ियां हैगियां इस साडे कोल 45 मिंट सी जिन्हां दे विच असी कुछ जिहड़ा है इस जिहड़े है पवित्र वेई ते होर जिहड़े कारज आ उन्हां दी मूवी राही उन्हां नूं जाणू करवाया ते कुछ जिहड़ियां हैगियां समां सी साडे कोल उह असी इन्हां गल्लां दे उत्ते खुल के विचार कीते बाबा जी वातावरण कि साडा तां किसानी जिहड़ी हैगी किदां लाहेवंद हो सकदी है किदां गंदे पाणी यूज कर लिए कि धरती अमीर हो सकती है जो धरती अमीर होंगी है तो जी है किसानी अमीर होंगी है।